ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਟਾਂਡੀ ਮੰਗਤਾ ਬੋਲਦਾ ਜੀ। ਆਹ ਦੇਖੋ ਜੀ, ਸੈਲਮਾ ਆ, ਸਟਾਬੇਰੀ ਹਿੱਲ ਇੱਥੇ ਜਿੱਦਾਂ ਬਈ 72 ਅਤੇ 120 'ਤੇ। ਮੈਂ ਅੰਦਰ ਵੀ ਉੱਦਾਂ ਤਾਂ ਗਿਆ ਸੀਗਾ, ਅੰਦਰ ਤਾਂ ਹੁਣ ਕੁਛ ਨਹੀਂ ਉੱਥੇ। ਮੈਨੂੰ ਜਿੱਦਾਂ ਮੈਂ ਕਿਹਾ ਦੋ ਚਾਰ ਸ਼ੋਟ ਲੈ ਲਵਾਂ, ਮੂਵੀ ਬਣਾ ਲਵਾਂ। ਅੱਜ ਬੈਲੈਂਸ ਟਾਈਮ ਡੇ ਆ, ਸਾਰਿਆਂ ਨੂੰ ਵਧਾਈਆਂ। ਬੈਲੈਂਸ ਟਾਈਮ 'ਤੇ ਤਾਂ ਬਣਾਉਣਾ ਚਾਹੀਦਾ, ਪਰ ਅੱਜ ਮੈਨੂੰ ਪਤਾ ਲੱਗਾ ਸੀ ਵੀ ਦੁਪਹਿਰ ਨੂੰ ਮਤਲਬ ਇੱਥੇ ਬਹੁਤ ਹੰਗਾਮਾ ਜਿਹਾ ਵੀ ਹੋਇਆ ਅਤੇ ਬਹੁਤ ਰੱਜ ਸੀਗਾ ਵੀ ਅੰਦਰ ਜਾ ਕੇ ਦੇਖੋ ਕਿੱਦਾਂ ਵੀ ਸਿਨੇਮੇ ਦੇ ਵਿੱਚ ਕਹਿੰਦੇ ਵੀ ਹੁੱਲੜਬਾਜ਼ੀ ਹੁੰਦੀ ਆ, ਕਿੱਦਾਂ ਕਿਸਿੰਗ ਹੁੰਦੀ ਆ। ਉੱਥੇ ਮਾਪੇ ਕਹਿੰਦੇ ਆ ਵੀ ਸਾਡੀਆਂ ਕੁੜੀਆਂ ਬੜੀਆਂ ਬਈ ਸ਼ਰੀਫ ਆ ਅਤੇ ਸਾਡੀ ਕੁੜੀ ਜਿਹੜੀ ਆ ਇੱਦਾਂ ਦੇ ਕੰਮ ਨਹੀਂ ਕਰਦੀ। ਉਹ ਬਾਹਰ ਜਿੱਦਾਂ ਵੀ ਫਰੈਂਡਸ਼ਿਪ ਜਿਹੜੀ ਆ ਇਹ ਕੁੜੀਆਂ ਦੱਸਦੀਆਂ ਨਹੀਂ, ਉੱਥੋਂ ਪੈਸੇ ਮੰਗਾਈ ਜਾਂਦੀਆਂ ਮਾਪਿਆਂ ਤੋਂ। ਇੱਥੇ ਅੱਜ ਫਿਲਮਾਂ ਦੇਖਣ ਆਈਆਂ ਆ, ਜੇ ਆਈਆਂ ਤੈਨੂੰ ਮੈਂ ਦਿਖਾਲ ਵੀ ਦਊਂਗਾ ਵੀ ਇੱਥੇ ਜਿੱਦਾਂ ਵੀ ਜੋੜਾ ਕਈ ਲੰਘਦੇ ਆ। ਅਤੇ ਫਿਰ ਮੈਂ ਇਹ ਕਹਿਣਾ ਵੀ ਇਹ 70% ਦਾ ਜਿਹੜਾ ਰੌਲਾ ਨਾ ਫੇਅਰ, ਜਿੱਦਾਂ ਮੀਡੀਆ ਦੇ ਵਿੱਚ ਰਿਪੋਰਟਾਂ ਆਈਆਂ ਇੰਗਲੈਂਡ ਦੇ ਵਿੱਚ ਆਈਆਂ ਜਾਂ ਹੋਰ ਪਾਸੇ ਆਈਆਂ, ਅਤੇ ਬਹੁਤ ਜ਼ਿਆਦਾ ਆ ਜਿੱਦਾਂ ਕਹਿ ਲਓ ਵੀ ਰਿਪੋਰਟਾਂ ਜਿੱਦਾਂ ਮੀਡੀਆ ਦੇ ਵਿੱਚ। ਆਹ ਦੇਖੋ ਜਾ ਰਹੇ ਆ ਵਿੱਚ ਸਿਨੇਮੇ ਦੇ ਹਾਲ ਜਿੱਦਾਂ ਵੀ ਫਿਲਮ ਦੇਖਣ, ਅਤੇ ਰਿਪੋਰਟਾਂ ਵੀ 70% ਫੇਰ ਆ ਕੁੜੀਆਂ ਦਾ। ਅਤੇ ਉੱਥੇ ਜਾ ਕੇ ਜਦੋਂ ਇਹ ਮਾਪੇ ਮਾਪਿਆਂ ਨੂੰ ਜਿੱਦਾਂ ਕਹਿੰਦਾ ਬਈ ਇੱਕ ਕਿਸਮ ਦਾ ਧੋਖਾ ਹੀ ਆ ਮਾਪਿਆਂ ਦੇ ਨਾਲ, ਅਤੇ ਉਹ ਕਹਿੰਦੇ ਆਪਾਂ ਇੱਥੇ ਵਿਆਹ ਕਰਨਾ ਤੇਰਾ, ਅਤੇ ਉਹ ਫਿਰ ਕਹਿੰਦੀਆਂ ਕਰਾ ਲੈਂਦੀਆਂ ਵਿਆਹ, ਫਿਰ ਚੱਲਦੇ ਵਿਆਹ ਤੋਂ ਬਾਅਦਾ ਵੀ। ਵੀ ਇਹ ਕੁੜੀਆਂ ਨੂੰ ਵੀ ਸਮਝਣਾ ਚਾਹੀਦਾ ਵੀ ਸੱਚੀ ਸਵਿਤਰੀਆਂ ਬਣ ਜਾਂਦੀਆਂ ਮਾਪਿਆਂ ਦੇ ਕੋਲ। ਮੈਂ ਮਾਪਿਆਂ ਦੇ ਕੋਲ ਵੀ ਇਹ ਮੂਵੀ ਮੇਰੀ ਜਾਵੇ ਯੂਟਿਊਬ 'ਤੇ, ਭਾਵਾਂ ਪਾ ਦਿਓ ਬੈਲੈਂਸ ਟਾਈਮ ਦੇ ਦੇ, ਅਤੇ ਵੀ ਮੇਰੀਆਂ ਤਾਂ ਮੂਵੀਆਂ ਇੱਦਾਂ ਦੀਆਂ ਹੁੰਦੀਆਂ ਆ ਜਿੱਦਾਂ ਕਹਿ ਲਓ। ਬਈ ਮੈਂ ਤਾਂ ਇਹ ਕਹਿਣਾ ਚਾਹੁੰਦਾ ਸਾਰਿਆਂ ਨੂੰ ਬਈ ਇਹ 70% ਫੇਰ ਕਿੱਥੋਂ ਆਉਂਦੇ ਆ, ਉੱਤੋਂ ਤਾਂ ਸਮਾਨਾਂ 'ਚੋਂ ਨਿਕਲਦਾ ਨਹੀਂ। ਹੁਣ ਵਿਆਹੀਆਂ ਦਾ ਵੀ ਹੋਇਆ ਇੱਥੇ ਸਰੀ ਦੇ ਵਿੱਚ ਇਹੀ ਹਾਲ, ਅਤੇ ਵੈਨਕੂਵਰ ਵੀ ਇਹੀ ਹਾਲ ਆ, ਸਾਰੇ ਹੀ ਹਾਲ ਆ। ਮੈਂ ਤਾਂ ਇੱਕ ਸ਼ਹਿਰ ਨੂੰ ਨਹੀਂ ਭੰਡਦਾ, ਕਹਿੰਦੇ ਸਰੀ ਦਾ ਵੀ ਬਦਨਾਮ ਕਰਦੇ, ਅਤੇ ਉਹ ਅਤੇ ਆਉਂਦੇ ਕਿੱਥੋਂ ਮੈਨੂੰ ਸਮਝ ਨਹੀਂ ਆਉਂਦੀ। ਬੰਦੇ ਵੀ ਬਾਹਰ ਜਾਂਦੇ, ਬੁੜੀਆਂ ਟੇਸਟ ਜਿੱਦਾਂ ਅਮਰੀਕਾ ਦਾ ਨਹੀਂ ਆਹ, ਜਿੱਦਾਂ ਕਹਿ ਲਓ ਅਮਰੀਕਾ ਦੇ ਬੰਦੇ ਟੇਸਟ, ਅਮਰੀਕਾ 'ਚੋਂ ਟਮਾਟਰ ਆਉਂਦਾ, ਟਮਾਟਰ ਇੱਥੇ ਆਉਂਦਾ, ਤਾਂ ਲਾਲ ਟਮਾਟਰ ਉਹ ਹੀ ਆ, ਇਹ ਵੀ ਲਾਲ ਟਮਾਟਰ ਉਹ ਹੀ ਆ। ਜਿੱਦਾਂ ਕਹਿ ਲਓ ਟੇਸਟ ਬਦਲਦੇ ਆ ਬੰਦੇ, ਬੁੜੀਆਂ ਬੰਦੇ ਤਾਂ ਉਹ ਕੋਈ ਧਰਮ ਦੀ ਗੱਲ ਨਹੀਂ ਰਹਿ ਗਈ। ਉਹ ਜਿਹੜਾ ਕੋਈ ਨਹੀਂ ਹੁੰਦਾ ਵੀ ਇਹ ਤਾਂ ਅੱਜ ਜਿਹੜਾ ਕਹਿੰਦੇ ਇੱਥੇ ਤਾਂ ਪੱਜ ਜਿਹਾ ਪਾ ਲੈਂਦੀਆਂ ਵੀ ਮੈਂ ਤਾਂ ਗਰੋਸਰੀ ਲੈਣ ਚੱਲੀ ਹਾਂ, ਤਾਂ ਫੁੱਲ ਯਾਰ ਨੂੰ ਦੇ ਕੇ ਆਉਣਾ ਜਿੱਦਾਂ ਕਹਿ ਲਓ ਬੈਲੈਂਸ ਟਾਈਮ ਦੇ ਦੇ, ਅਤੇ ਨਾਲੇ ਕਟੀਲਾ ਪੀ ਕੇ ਆਉਣਾ। ਅਤੇ ਇਸ ਕਰਕੇ ਮੈਂ ਕਹਿੰਦਾ ਹੁੰਦਾ ਵੀ ਔਰਤਾਂ 'ਤੇ ਵਿਸ਼ਵਾਸ ਨਾ ਕਰੋ ਇੰਨਾ ਵੀ। ਕਈ ਹੁਣ ਕੁੜੀਆਂ ਦੇ ਸਟੂਡੈਂਟਾਂ 'ਤੇ ਵੀ ਵਿਸ਼ਵਾਸ ਕਰਦੇ ਮਾਪੇ ਇੰਡੀਆ ਦੇ, ਆਹ ਸਾਰਾ ਸਿਨੇਮਾ ਭਰਿਆ ਆ ਜਿੱਦਾਂ ਕਹਿ ਲਓ। ਅਤੇ ਬਈ ਅੱਜ ਦਾ ਦਿਨ ਜਿਹੜਾ ਆ ਇਹ ਬੜਾ ਭਿਆਨਕ ਦਿਨ ਆ, ਜਿੱਦਾਂ ਇਹਦੇ ਸਿੱਟੇ ਖਿਲਾਫ ਵੀ ਨਿਕਲਣੇ, ਡਿਵੋਰਸ ਬਹੁਤ ਹੋਣੇ ਆ ਅਤੇ ਨਵੇਂ ਬਹੁਤ ਰਿਸ਼ਤੇ ਬਣਨੇ ਆ, ਨਵੇਂ ਰਿਸ਼ਤੇ ਉਹ ਬਣਨੇ ਉਹਨਾਂ ਨੇ ਵਿਆਹ ਵੀ ਕਰਾਉਣੇ ਆ। ਜਿੱਦਾਂ ਕਿ ਅੱਜ ਦੇ ਦਿਨ ਵਿਗੜਦਾ ਵੀ ਬਹੁਤ ਕੰਮ ਆ ਅਤੇ ਬਣਦਾ ਵੀ ਬਹੁਤ, ਜਿਹੜਾ ਬਾਹਰ ਜਾਊਗਾ ਅਤੇ ਉਹਦੀ ਫਰੈਂਡਸ਼ਿਪ ਇਹਨਾਂ ਦੇਸ਼ਾਂ ਦੇ ਵਿੱਚ ਬਹੁਤ ਛੇਤੀ ਫਰੈਂਡਸ਼ਿਪ ਹੁੰਦੀ ਆ। ਤਾਂ ਇਸ ਕਰਕੇ ਮੈਂ ਕਹਿੰਦਾ ਵੀ ਮੀਡੀਆ ਦੀ ਰਿਪੋਰਟ ਮੈਂ ਸਹੀ ਮੰਨਦਾ, ਇਹ ਜਿੱਦਾਂ ਕਹਿ ਲਓ ਬਈ 70% ਹੈਗੇ ਆ। ਤਾਂ ਹਰ ਕੋਈ ਮਰਦ ਕਹੂਗਾ ਮੇਰੀ ਜਨਾਨੀ ਨਹੀਂ ਖਰਾਬ, ਲੋਕਾਂ ਦੀਆਂ ਖਰਾਬ ਆ। ਫਿਰ ਉਹ ਜਦੋਂ ਫੇਰ ਕਰਕੇ ਜਾਂਦੇ ਬਾਹਰ ਤਾਂ ਉਹਨੂੰ ਆਪ ਦਾ ਤਾਂ ਪਤਾ ਨਹੀਂ ਹੁੰਦਾ ਵੀ ਮੇਰੀ ਵੀ ਮੇਰਾ ਵੀ ਔਰਤ ਜਾ ਸਕਦੀ ਆ। ਇਹਨਾਂ ਨੂੰ ਜਿੱਦਾਂ ਕਹਿ ਲਓ ਸ਼ੱਕ ਦੀ ਨਜ਼ਰ ਨਾਲ ਦੇਖੋਗੇ ਤਾਂ ਵਧੀਆ ਬਚ ਜਾਓਗੇ, ਪੈਸਾ ਝੇਲਾ ਬਚਾ ਕੇ ਰੱਖੋ। ਅਤੇ ਬਾਕੀ ਇਹਨਾਂ ਸਟੂਡੈਂਟਾਂ ਨੂੰ ਬੇਨਤੀ ਆ, ਬਾਕੀ ਖੀਰ 'ਤੇ ਇੱਕ ਹੋਰ ਮੈਂ ਸੰਦੇਸ਼ ਦੇਣਾ ਚਾਹੁੰਦਾ ਸਾਰਿਆਂ ਨੂੰ ਬਹੁਤ ਤਕੜਾ, ਉਹ ਇਹ ਵੀ ਸਾਡਾ ਸੱਭਿਆਚਾਰ ਨਹੀਂ ਬੈਲੈਂਸ ਟਾਈਮ ਦੇ, ਇਹ ਗੋਰਿਆਂ ਦਾ ਕਲਚਰ ਆ, ਇਹ ਕਿਸਿੰਗ ਕੁਸਿੰਗ ਕਰਦੇ ਆ ਵੀ ਸਿੱਖ ਧਰਮ 'ਚ ਹੈ ਨਹੀਂ। ਜਿਹੜੇ ਸਰਦਾਰ ਮੁੰਡੇ ਆ ਉਹ ਜਿੱਦਾਂ ਕਹਿ ਲਓ ਵੀ ਕਿਸ ਕਰਦੇ ਆ ਅਤੇ ਉਹ ਸਾਹਮਣੇ ਕਰਨ ਲੱਗ ਪੈਂਦੇ ਕਿਸੇ ਵੇਲੇ, ਅਤੇ ਉਹ ਨਹੀਂ ਹੋਣੀ ਚਾਹੀਦੀ। ਅਤੇ ਜਿੱਦਾਂ ਕਹਿ ਲਓ ਵੀ ਇਹਨਾਂ ਨੂੰ ਆਪਣੇ ਪੱਗ ਦਾ ਲਾਜ ਰੱਖਣੀ ਚਾਹੀਦੀ ਆ, ਪੱਗ ਬੰਨ੍ਹ ਕੇ ਇਹ ਕੰਮ ਨਾ ਕਰੋ। ਜਿੱਦਾਂ ਕਹਿ ਲਓ ਵੀ ਪੱਗ ਬੰਨ੍ਹ ਕੇ ਜੇ ਤੁਸੀਂ ਕਰਦੇ ਆ, ਸਿੱਖੀ ਦੀ ਬਹੁਤ ਰਿਸਪੋਂਸੀਬਿਲਟੀ ਆ, ਪੱਗ ਦੀ ਬਹੁਤ ਉੱਚਾ ਮਿਆਰ ਆ। ਜੇ ਤੁਹਾਡੇ ਆਪਾਂ ਵਧੀਆ ਗੱਲ ਆ ਤੁਸੀਂ ਪੱਗ ਬੰਨ੍ਹ ਕੇ ਰੱਖਦੇ ਹਾਂ, ਪਰ ਉਹਦੀ ਰਿਸਪੈਕਟ ਵੀ ਕਰੋ। ਜੇ ਤੁਸੀਂ ਕਿਸੇ ਕਿਸੇ ਕਰਨੀ ਆ ਜਾਂ ਚੁੰਮਾ ਚਾਟੀ ਕਰਨੀ ਆ, ਇਹ ਸਾਡੇ ਕਲਚਰ 'ਚ ਹੈ ਨਹੀਂ, ਸਿੱਖ ਧਰਮ 'ਚ ਹੈ ਨਹੀਂ, ਇਹ ਗੋਰਿਆਂ ਦਾ ਕਲਚਰ ਆ ਜੀ। ਆਹ ਦੇਖ ਲਓ ਜੀ, ਆਹ ਸਾਹਮਣੇ ਆਹਦੇ ਆ ਰਹੇ ਆ, ਪਰ ਮੈਂ ਦੂਰ ਬੈਠਾ ਹਾਂ ਅਤੇ ਆਹਦੇ ਕੁੜੀ ਮੁੰਡਾ ਜਾ ਰਿਹਾ ਸਟੂਡੈਂਟ,
ਤਾਂ ਇਹਦੇ ਮਾਪਿਆਂ ਨੇ ਵੀ ਕਹਿਣਾ ਵੀ ਹਾਂ ਬਈ ਸਾਡੀ ਕੁੜੀ ਸੱਚੀ ਸਵਿੱਤਰੀ ਆ, ਜਿੱਥੇ ਮਰਜ਼ੀ ਵਿਆਹ ਕਰਾਵੋ। ਤਾਂ ਇਸ ਕਰਕੇ ਨਹੀਂ ਹੁਣ ਫਿਲਮ ਦੇਖਣੀ ਆ ਅਤੇ ਆਹਦੇ ਤੁਰਿਓ ਆ ਅਤੇ ਆਹਦੇ ਪੜ ਗਏ ਵਿੱਚ, ਆਹ ਦੇਖ ਲਓ ਮੈਂ ਕਮੈਂਟਰੀ ਨਾਲੋਂ ਨਾਲ ਕਰ ਰਿਹਾ ਅਜੇ ਹੋ ਰਿਹਾ। ਅਤੇ ਮੇਰੇ ਕੋਲ ਟਾਈਮ ਹੈ ਨਹੀਂ ਅੱਜ ਵੀ, ਮੈਂ ਵੀ ਆਪਣਾ ਫਨ ਕਰਨਾ, ਮੈਂ ਵੀ ਬੱਕਰਾ ਬੁੱਕਰਾ ਲਿਆਉਣਾ ਆ ਅਤੇ ਉਹ ਬਣਾਉਣਾ ਆ। ਅਤੇ ਇਸ ਕਰਕੇ ਜਿਹੜੀ ਵੀ ਔਰਤ ਜਾਂਦੀ ਅੱਜ ਨਾ ਬਾਹਰ ਨੂੰ ਅੱਧੇ ਘੰਟੇ ਵਾਸਤੇ, ਮੈਂ ਆਈ ਗਰੋਸਰੀ ਲੈ ਕੇ ਜਾਂ ਮੈਂ ਬਾਹਰ, ਮੈਨੂੰ ਇੰਨੀ ਸਨੋਜ ਪੈਂਦੀ 'ਚ, ਇਹਦਾ ਮਤਲਬ ਉਹਦਾ ਕਿਤੇ ਨਾ ਕਿਤੇ ਫੇਰ ਆ। ਤਾਂ ਉਹਨੇ ਗੁਲਾਬ ਦਾ ਫੁੱਲ ਫੜਾਉਣਾ ਹੀ ਆ ਅਤੇ ਗੁਲਾਬ ਦੇ ਫੁੱਲਾਂ ਦੀ ਅੱਜ ਝੰਡੀ ਆ, ਜੈ ਅੱਜ ਬਹੁਤ ਗੁਲਾਬ ਦੇ ਫੁੱਲ ਆ। ਕਈਆਂ ਨੇ ਤਾਂ ਇਹ ਗੱਲ ਕਰਨੀ ਆ, ਕਈਆਂ ਨੇ ਕਬਰਾਂ ਦੇ ਉੱਤੇ ਵੀ ਚੜ੍ਹਾਏ ਹੁੰਦੇ ਗੁਲਦਸਤੇ ਅਤੇ ਕਬਰਾਂ ਦੇ ਵਿੱਚੋਂ ਚੱਕ ਕੇ ਕਈ ਦੇਣਦੇ ਆ। ਅਤੇ ਮੈਂ ਇੱਕ ਵਾਰੀ ਆਪਣੀ ਗਰਲਫ੍ਰੈਂਡ ਨੂੰ ਇੱਦਾਂ ਦਿੱਤਾ ਸੀ ਕਬਰਾਂ ਦੇ ਵਿੱਚ ਚੱਕ ਕੇ, ਤਾਂ ਮੈਂ ਚੁੱਪ ਕਰਕੇ ਉਹਨੂੰ ਫੜਾਇਆ ਅਤੇ ਉਹ ਬੜੀ ਸੋਹਣੀ ਖੁਸ਼। ਅਤੇ ਜ਼ਰੂਰ ਪੈਸੇ ਖਰਾਬ ਕਰਨੇ ਸੀਗੇ, ਅਤੇ $25-30 ਪੰਜਾਹਾਂ ਦਾ ਵੀ ਫੁੱਲ ਹੁੰਦਾ, ਪੰਜਾਂ ਦਾ ਵੀ ਹੁੰਦਾ, ਕਈਆਂ ਦੇ ਸਟੂਡੈਂਟ ਤਾਂ ਪੰਜਾਂ ਵਾਲੇ ਹੀ ਆ, ਇਹ ਨਹੀਂ ਤਾਂ ਪੰਜਾਂ ਵਾਲਾ ਹੀ ਫੜਾ ਦੇਣਾ। ਤਾਂ ਇੰਨੇ ਮੇਰੇ ਵਿਚਾਰ ਸੀਗੇ। ਸਤਿ ਸ਼੍ਰੀ ਅਕਾਲ ਜੀ, 6 ਮਿੰਟ ਦੀ ਮੂਵੀ ਬਣ ਗਈ। ਡੈਡੀ ਤੋਂ ਨਾ ਡਰਿਓ, ਜੇ ਚੰਗੀ ਲੱਗੀ ਡੈਡੀ ਤੋਂ ਨਾ ਡਰਿਓ ਅਤੇ ਇਹ ਗਾਂਹ ਪਹੁੰਚਾਇਓ। ਜੇ ਨਾ ਪਹੁੰਚਾਈ ਤਾਂ ਤੁਹਾਡੀ ਘਰ ਵਾਲੀ ਜ਼ਰੂਰ ਖਰਾਬ ਹੋਊਗੀ, ਜਿਹੜੇ ਵਿਆਹੋ ਆ ਤਾਂ ਤੁਹਾਡੀ ਫਰੈਂਡ ਵੀ ਬ੍ਰੇਕ ਅਪ ਹੋ ਜਾਣੀ। ਜੇ ਮੂਵੀ ਨਾ ਗਾਂਹ ਪਹੁੰਚਾਈ ਤਾਂ ਬ੍ਰੇਕਅਪ ਜ਼ਰੂਰ ਹੋਊ। ਅਤੇ ਡੈਡੀ ਤੋਂ ਨਾ ਡਰਿਓ, ਤਾਂ ਪੈਸਾ ਧੇਲਾ ਮੇਰੇ ਤੋਂ ਲੈ ਲਿਓ, ਮੈਂ ਬਥੇਰਾ ਮੰਗਦਾ ਅਮੀਰ ਹਾਂ ਜੀ। ਸਤਿ ਸ਼੍ਰੀ ਅਕਾਲ ਜੀ।